अस्सलाम वालेकुम नाज़रीन, आज आपको पहले मैं घोड़ी दिखाता हूँ। एक ये वाली घोड़ी खड़ी हुई है और सेल आउट होने के लिए आई है, यहाँ पर बिकने के लिए आई है। इसके मालिक से भी बात करेंगे कि इसकी कितनी कीमत कितनी है। पहले आपको मैं घोड़ी दिखाता हूँ जी। ये जी घोड़ी है और ये देख, ये वाली घोड़ी है। ये कितने पैसे जी थे? अच्छा ठीक है, इसका मालिक जी अभी है नहीं, इसका मालिक आके खड़ा होगा तो पता करते हैं। ये टांगे में और रेड़े में लगी हुई है, तो आगे चलते हैं जी, आगे आपको दिखाते हैं घोड़े। और ये है थोड़ी घोड़ी भाजी, किन्ने पैसे वीर दे? वीर जी ये किन्ने पैसे ने चन है वेगे किन्ने दी? 52,000 दी। लो जी वीर जी, ये 52,000 रुपए की घोड़ी है जी, तुम पिछों मैं विखा रहा है। 52,000 रुपए की घोड़ी गुजरात मंडी जी है ना, उन्दे च विक गई है। तो गल्लां होंदियां ने जी 2-2 लाख दियां, 3-3 लाख दियां घोड़ियां। तो अज तुहानू दा रेट मंडी दे विच ओह दसदा पिया जिस रेटां दे उत्ते घोड़ियां विकदियां ने। उंज बंदा कह देवे जी मैं तो 2 लाख की देनी है या 6 लाख की है, असल जिहड़ी है ਉਹ ਇਹ ਵੇਖ ਲਵੋ ਕਿ ਇਸ ਘੋੜੀ ਦਾ, ਇਸ ਤਰ੍ਹਾਂ ਦੀ ਘੋੜੀ ਦਾ ਕੀ ਰੇਟ ਵਗੈਰਾ ਕੀ ਹੈਗਾ। ਅਤੇ ਆਓ ਜ਼ਰਾ ਅੱਗੇ ਚੱਲਦੇ ਹਾਂ, ਮੰਡੀ ਦਾ ਤੁਹਾਨੂੰ ਵਿਜ਼ਿਟ ਕਰਵਾ ਰਿਹਾ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ। ਲਓ ਜੀ ਇਹ ਘੋੜੀ, ਇੱਕ ਹੋਰ ਘੋੜੀ ਇੱਥੇ ਖਲੋਤੀ ਹੋਈ ਹੈ। ਇਹ ਮਾੜੀਆਂ ਮਾੜੀਆਂ ਘੋੜੀਆਂ ਨੇ, ਮਗਰ ਤੁਹਾਨੂੰ ਪਤਾ ਮੰਡੀ ਦੇ ਵਿੱਚ, ਸਾਰੀਆਂ ਘੋੜੀਆਂ ਆਉਂਦੀਆਂ ਨੇ। ਇਹ ਵੇਖੋ ਇਹ ਜ਼ਰਾ ਥੱਕੀਆਂ ਥੱਕੀਆਂ ਘੋੜੀਆਂ ਨੇ, ਮਗਰ ਇਹਨਾਂ ਦਾ ਰੇਟ ਵੀਰ ਜੀ ਕਹਿੰਦੇ ਕਿੰਨੇ ਪੈਸੇ ਨੇ ਚੰਨ? ਲਓ ਜੀ ਤੁਹਾਨੂੰ ਇੱਥੇ ਖੂਬਸੂਰਤ ਘੋੜੀ ਵੀ ਤੁਹਾਨੂੰ ਘੋੜੀਆਂ ਵਿਖਾਉਣੇ ਆ। ਵੀਰ ਜੀ ਕਹਿੰਦੇ ਕਿੰਨੇ ਪੈਸੇ ਨੇ ਇਸਕਾ ਘੋੜੀ ਦਾ? ਕਿੰਨਾ ਪੈਸਾ? 52? 52,000 ਇਸਕਾ ਜੀ, 52,000 ਮੰਗ ਰਿਹਾ। ਲਓ ਜੀ ਇਹ ਤਾਂ ਹੈਗਾ ਸੀ ਜ਼ਰਾ ਲੋਅ ਕੈਟਾਗਰੀ ਦੇ ਜਿਹੜੇ ਜਾਨਵਰ ਨੇ, ਹੁਣ ਤੁਹਾਨੂੰ ਘੋੜੇ ਵਿਖਾਉਣੇ ਆ ਜ਼ਰਾ ਆਲਾ ਕਿਸਮ ਦਾ ਘੋੜਾ। ਲਓ ਜੀ ਮੈਂ ਵਿਖਾਉਣਾ, ਇੱਕ ਮਿੰਟ ਜੀ ਜ਼ਰਾ। ਲਓ ਜਨਾਬ ਇੱਕ ਜਿਹੜਾ ਹੈਗਾ ਘੋੜਾ ਇਹ ਹੈਗਾ ਜੀ, ਇੱਧਰ ਆ ਜਾਓ ਭਾਅ ਜੀ, ਓਨਰ ਮੇਰੇ ਕੋਲ ਆਓ, ਮਾਲਕ ਇੱਧਰ ਇੱਧਰ ਮੇਰੇ ਕੋਲ ਆਉਣਾ, ਇੱਥੇ ਚਾਹੁੰਦਾ ਵੇ ਤੈਨੂੰ ਘੋੜਾ ਦਿਸਦਾ ਪਾ ਇੱਥੇ। ਤੁਸੀਂ ਵੀਰ ਜੀ ਇਹ ਦੱਸੋ ਕਿ ਇਹ ਘੋੜਾ ਜਿਹੜਾ ਹੈਗਾ ਇਹਦੀ ਉਮਰ ਕਿੰਨੀ ਹੈਗੀ? ਇਹਦੀ ਉਮਰ 5 ਸਾਲ ਹੈ, ਸ਼ੁਰੂ 5 ਸਾਲ ਹੈ। ਇਹ 5 ਸਾਲ ਦਾ ਜੀ? ਠੀਕ ਹੈ, ਅਤੇ 5 ਸਾਲ ਦਾ ਹੋ ਗਿਆ, ਅਤੇ ਇਹਦਾ ਟੋਰਾ ਸ਼ੋਰਾ ਕਿਤੇ ਕਰਵਾ ਕੇ ਵੇਖਿਆ ਜੇ ਕੋਈ ਟਾਂਗੇ ਟੂੰਗੇ 'ਚ ਦੁੜਕੀ ਛੁੜਕੀ? ਹਾਂਜੀ ਦੁੜਕੀ ਵੀ। ਅਤੇ ਕਿੰਨੀ ਕੁ ਟੋਰਾ ਦੁੜਕੀ ਕਰਦਾ? 35-36 ਕਰਦਾ। ਨਹੀਂ 35-36 ਗੱਲਾਂ ਨਾਲ ਕਿ ਵਾਕਿਆ ਕਿਤੇ ਚੈੱਕ ਕੀਤਾ ਜੀ? ਲਓ ਜੀ 35-36 ਜੀ ਦੁੜਕੀ ਇਹ ਕਰਦਾ, ਅਤੇ ਇਵੇਂ ਜਿਹੜਾ ਨਾ ਮਾਲਕ ਦੱਸਦਾ ਪਿਆ, ਮੈਂ ਤਾਂ ਕੋਈ ਨਹੀਂ ਦੇਖਿਆ ਦੁਖਿਆ, ਮਗਰ ਉਹ ਕਹਿੰਦਾ ਕਿ ਇਨਸ਼ਾ ਅੱਲਾਹ ਤਾਲਾ ਜਦੋਂ ਕੋਈ ਚੈੱਕ ਕਰੇਗਾ ਜਿਹੜਾ ਲੈਣ ਵਾਲਾ, ਅਸੀਂ ਉਹਨੂੰ ਚੈੱਕ ਵੀ ਕਰਾ ਦਿਆਂਗੇ, ਕੋਈ ਐਸੀ ਗੱਲ ਨਹੀਂ ਹੈਗੀ। ਯਾਨੀ ਕਿ ਰੇੜੇ ਰੂੜੇ ਦੇ ਵਿੱਚ ਤਾਂ ਫਿਰ ਫੇਰਾ ਹੀ ਪੂਰਾ ਆ। ਅੱਛਾ ਇਹ ਜਿਹੜਾ ਹੈਗਾ ਵੀਰ ਜੀ ਇਹਦੀ ਜਿਹੜੀ ਫਾਈਨਲ ਜਿਹੜਾ ਇਹ ਇਹਦੀ ਕੀ ਕੀਮਤ ਕਿੰਨੀ ਹੈ? 1,20,000 ਰੁਪਈਆ। 90 ਵੀ ਲੱਗ ਗਿਆ, 95 ਵੀ ਲੱਗ ਗਿਆ। ਠੀਕ ਹੈ 1,20,000 ਰੁਪਈਆ। ਅਤੇ ਕਿੱਥੋਂ ਕੁ ਤੀਕਰ ਮਾਸ਼ਾ ਅੱਲਾ ਦੇਣ ਦੀ ਉਮੀਦ ਹੈਗੀ? ਕਾਪੀ ਤੋਂ ਉੱਤੋਂ ਉੱਤੋਂ ਜੀ, ਲੱਖ ਤੋਂ ਉੱਤੋਂ ਉੱਤੇ ਕਹਿੰਦੇ ਪਏ ਨੇ। ਅਤੇ ਇਹ ਇੱਕੋ ਘੋੜਾ ਹੈਗਾ ਅਤੇ ਹੋਰ ਵੀ ਹੈਗਾ? 2-3 ਘੋੜੇ ਹੋਰ ਸਨ ਵੇਚਣੇ। ਅਤੇ ਇਹਦੇ ਨਾਲ ਉਹ ਜਿਹੜਾ ਪਰਾਂ ਬਲੈਕ ਖਲੋਤਾ ਹੋਇਆ? ਠੀਕ ਹੈ, ਇਹ ਜੀ ਮੌਲਵੀ ਸਾਹਿਬ ਦਾ ਘੋੜਾ ਹੈਗਾ, ਇਹ ਕਾਪੀ ਤੋਂ ਉੱਤੇ ਉੱਤੇ ਦੇਣਗੇ। ਅਤੇ ਨੰਬਰ ਜ਼ਰਾ ਦੱਸ ਦਿਓ ਅਤੇ ਫਿਰ ਉਸ ਤੋਂ ਬਾਅਦ ਘੋੜਾ ਮੈਂ ਤੁਹਾਨੂੰ ਵਿਖਾਉਣਾ ਸਾਰਾ। ਅਤੇ ਤੁਹਾਡਾ ਨਾਂ ਕੀ ਹੈ? ਅਸੀਬੁਲ ਹਸਨ। ਲਓ ਜੀ ਅਸੀਬੁਲ ਹਸਨ ਦਾ ਨੰਬਰ ਤੁਹਾਡੇ ਕੋਲ ਆ ਗਿਆ, ਅਤੇ ਅਗਰ ਘੋੜਾ ਤੁਹਾਨੂੰ ਹੁਣ ਮੈਂ ਘੋੜਾ ਮੈਂ ਵਿਖਾਉਣਾ। ਲਓ ਜੀ ਇਹਦੇ ਮੂੰਹ ਛੂਹ ਇਹਦਾ ਵੇਖੋ ਤੁਸੀਂ, ਮਾਸ਼ਾਅੱਲਾ ਜਿਹੜਾ ਨਾ ਹੱਥਾਂ ਪੈਰਾਂ ਦਾ ਸਾਫ਼ ਹੈ ਘੋੜਾ, ਗਲ ਦੇ ਵਿੱਚ ਗਾਨੀ ਹੈ ਉਹ ਵੀ ਤੁਹਾਨੂੰ ਫਰੀ ਹੈ, ਅਤੇ ਤਲਿਆਰਾ ਤਲੀਓ ਰਾਹ ਉਹ ਵੀ ਤੁਹਾਨੂੰ ਫਰੀ ਹੈ। ਪੈਰ ਪੂਰ ਤੁਸੀਂ ਵੇਖ ਲਓ, ਮਾਸ਼ਾਅੱਲਾ ਪੈਰ ਪੂਰ ਸਾਫ਼ ਹੈਗੇ ਨੇ, ਨਲੀਆਂ ਨੁਲੀਆਂ ਸਾਫ਼ ਨੇ, ਘੋੜੇ ਦਾ ਸੀਨਾ ਵੀ ਸਾਫ਼, ਇਹਦਾ ਥੋੜ੍ਹਾ ਜਿਹਾ ਮੂੰਹ ਜ਼ਰਾ ਚੱਕ ਹਨ, ਉਹ ਤਾਂ ਮੂੰਹ ਚੱਕ ਥੋੜ੍ਹਾ ਜਿਹਾ। ਲਓ ਜੀ ਮੂੰਹ ਥੋੜ੍ਹਾ ਜਿਹਾ ਚੱਕਦਾ ਵਛੇਰਾ, ਮਾਸ਼ਾਅੱਲਾ ਸੋਹਣਾ ਵਛੇਰਾ। ਲਓ ਜੀ ਬੜੀਆਂ ਬੜੀਆਂ ਤੁਸੀਂ ਵੀਡੀਓ ਵੇਖੀਆਂ ਹੋਣੀਆਂ ਨੇ, ਇੰਡੀਆ ਦੇ ਘੋੜਿਆਂ ਦੀਆਂ ਵੇਖੀਆਂ ਨੇ ਵੀਡੀਓ। ਲੈ ਜ਼ਰਾ ਪਾਕਿਸਤਾਨ ਦੇ ਘੋੜੇ ਜਿਹੜੇ ਗੁਜਰਾਤ ਦੇ ਘੋੜੇ ਨੇ, ਮਾਸ਼ਾਅੱਲਾ ਤੁਸੀਂ ਉਹ ਵੀ ਵੇਖੋ। ਲਓ ਜੀ ਮਾਸ਼ਾਅੱਲਾ ਪਿੱਛੋਂ ਵੀ ਘੋੜਾ ਤੁਸੀਂ ਚੈੱਕ ਕਰੋ, ਇਹ ਪੈਰ ਪੂਰੇ ਦੇ ਚੈੱਕ ਕਰ ਲਓ, ਇਹ ਪਛਾੜੀ ਪਾਈ ਹੋਈ ਹੈ, ਤੁਸੀਂ ਹੋਰ ਨਾ ਸਮਝਿਆ ਜੇ। ਲਓ ਜੀ ਪਿੱਛੋਂ ਜਿਸਮ ਦੀ ਤੁਸੀਂ ਲੈਂਥ ਵੇਖ ਸਕਦੇ ਜੇ, ਮਾਸ਼ਾਅੱਲਾ ਵਛੇਰਾ ਜਿਹੜਾ ਨਾ ਖੂਬਸੂਰਤ ਹੈ ਔਰ ਦੇਸੀ ਹੈ ਪਿਓਰ।
ਤੇ ਇਹਦੇ ਨਾਲ ਹੀ ਇੱਕ ਜਿਹੜਾ ਨਾ ਬਲੈਕ ਰੰਗ ਦਾ ਘੋੜਾ ਖਲੋਤਾ ਹੈ ਮਾਸ਼ਾਅੱਲਾ ਔਰ ਵਲੈਤੀ ਘੋੜਾ ਹੈ ਇੱਧਰ ਆਇਆ ਜੀ ਹਾਂਜੀ ਭਾਜੀ ਲਓ ਜੀ ਪਹਿਲਾਂ ਤੁਹਾਨੂੰ ਮੈਂ ਘੋੜਾ ਵਿਖਾ ਲਵਾਂ ਅੱਗੋ ਪਿੱਛੋਂ ਲਓ ਜੀ ਇਹਦਾ ਕੱਦ ਕਾਠ ਤੁਸੀਂ ਵੇਖ ਸਕਦੇ ਜੇ ਕੱਦ ਕਾਠ ਜਿਹੜਾ ਹੈ ਨਾ ਇਹ ਥੋੜ੍ਹਾ ਜਿਹਾ ਖੁੱਲ ਜਾਏਗਾ ਖੋਲ ਕੇ ਇੰਟੋਰ ਨਾ ਦਰਾਂ ਨੂੰ ਲਓ ਜੀ ਮਾਸ਼ਾਅੱਲਾ ਬਹੁਤ ਹੀ ਆਲਾ ਘੋੜਾ ਔਰ ਪੂਰਾ ਕੱਦ ਔਰ ਪੂਰਾ ਕੱਦ ਕਾਠ ਵਾਲਾ ਘੋੜਾ ਜਿਹਨੂੰ ਕਹਿੰਦੇ ਨੇ ਨਾ ਪੂਰਾ ਕੱਦ ਕਾਠ ਵਾਲਾ ਕਿਆ ਬਾਤ ਹੈ ਕਿਆ ਬਾਤ ਹੈ ਲਓ ਜੀ ਬਹੁਤ ਆਲਾ ਬਹੁਤ ਆਲਾ ਬਹੁਤ ਪਿਆਰਾ ਘੋੜਾ ਪੈਰ ਪੂਰ ਸਾਫ ਨੇ ਲਓ ਜੀ 5 ਸਾਲ ਘੋੜੇ ਦੀ ਉਮਰ ਹੈਗੀ ਜੇ ਔਰ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਮੈਂ ਤੁਹਾਨੂੰ ਵਿਖਾ ਦਿੰਦਾ ਇਹ ਜ਼ੁਲਫਾਂ ਵਗੈਰਾ ਤੁਸੀਂ ਵੇਖੋ ਘੋੜੇ ਦਾ ਚਿਹਰਾ ਚੂਹਰਾ ਵੇਖੋ ਤੁਸੀਂ ਮੂੰਹ ਤੁਸੀਂ ਵੇਖ ਸਕਦੇ ਜੇ ਮਾਸ਼ਾਅੱਲਾ ਔਰ ਕੰਨ ਦਾ ਦਰਮਿਆਨੀ ਫਾਸਲਾ ਤੁਸੀਂ ਵੇਖ ਸਕਦੇ ਕੰਨ ਵੇਖ ਸਕਦੇ ਜੇ ਸੀਨਾ ਘੋੜੇ ਦਾ ਤੁਸੀਂ ਵੇਖੋ ਮਾਸ਼ਾਅੱਲਾ ਸੀਨਾ ਘੋੜੇ ਦਾ ਇਹ ਸੀਨਾ ਜੇ ਔਰ ਰੇੜੇ ਰੂੜੇ ਟਾਂਗੇ ਟੂੰਗੇ ਦੇ ਵਿੱਚ ਇਹਨਾਂ ਨੇ ਲਾਇਆ ਹੋਇਆ ਇਹ ਸੀਨੇ ਬੰਨ ਦਾ ਨਿਸ਼ਾਨ ਹੈਗਾ ਔਰ ਤੁਸੀਂ ਮਾਸ਼ਾਅੱਲਾ ਇਹਦਾ ਜਿਹੜਾ ਤੁਸੀਂ ਸੀਨਾ ਵੇਖ ਸਕਦੇ ਜੇ ਇਹ ਵੇਖੋ ਬਹੁਤ ਆਲਾ ਜੀ ਲਓ ਜਨਾਬ ਘੋੜਾ ਤੁਹਾਨੂੰ ਵਿਖਾਇਆ ਪੁਸ਼ਲ ਤੁਸੀਂ ਵੇਖ ਲਓ ਜਿਸਮ ਦੀ ਹਾਈਟ ਤੁਸੀਂ ਵੇਖ ਲਓ ਲੈਂਥ ਜਿਹੜੀ ਹੈ ਕਮਰ ਦੀ ਜਿਹੜੀ ਲੈਂਥ ਹੈਗੀ ਹੈ ਕਮਰ ਦੀ ਲੈਂਥ ਤੁਸੀਂ ਵੇਖੋ ਔਰ ਬਿਲਕੁਲ ਸਟੇਟ ਹੈਗਾ ਔਰ ਪੈਰ ਪੂਰ ਵੀ ਗੋਲ ਨੇ ਪਿਛਲੇ ਵੀ ਜਿਹੜੀਆਂ ਪੈਰਾਂ ਦੀਆਂ ਗੁਲਾਈਆਂ ਹੈਗੀਆਂ ਨੇ ਤੁਸੀਂ ਵੇਖ ਲਓ ਪਿੱਛੋਂ ਅਗਲੀਆਂ ਨਲੀਆਂ ਨੁਲੀਆਂ ਸਾਰੀਆਂ ਸਾਫ ਹੈ ਮੁੱਠੇ ਛੁੱਠੇ ਹਰ ਚੀਜ਼ ਆਪਣੀ ਜਗ੍ਹਾ ਦੇ ਉੱਤੇ ਨੇ ਠੀਕ ਹੈ ਜੀ ਹੁਣ ਇਹਦੇ ਨਾਲ ਮਾਲਕ ਨਾਲ ਗੱਲ ਕਰਨੇ ਹਾਂ ਅਤੇ ਇਹਦੇ ਕੋਲੋਂ ਪੁੱਛਦੇ ਹਾਂ ਕਿ ਇਹਦੇ ਕਿੰਨੇ ਪੈਸੇ ਭਾਅ ਜੀ ਇਹਦੇ ਕੀ ਮਾਲਕ ਭਾਅ ਜੀ ਕਿੰਨੇ ਪੈਸੇ ਜੀ ਮੌਲੀ ਸਾਹਿਬ 1,30,000 ਰੁਪਈਆ ਫਾਈਨਲ ਕਿ ਵੀ ਕਾਪੀ ਦੇ ਉੱਤੇ ਜਿਵੇਂ ਉਹ ਦੇਸੀ ਲਓ ਜੀ 1,30,000 ਰੁਪਈਆ ਮੰਗਦੇ ਨੇ ਲੇਕਿਨ ਉਹ ਕਹਿੰਦੇ ਨੇ ਕਿ ਕਾਪੀ ਤੋਂ ਉੱਤੇ ਹੋ ਜਾਏਗਾ 1,00,000 ਰੁਪਏ ਤੀਕਰ ਇਹ ਘੋੜਾ ਹੋ ਜਾਏਗਾ ਲਓ ਜੀ ਇਹ ਘੋੜਾ ਜੇ ਮਾਸ਼ਾਅੱਲਾ ਪੰਜਾਬ ਦੀ ਸਾਡੇ ਪਾਕਿਸਤਾਨ ਦੀ ਸ਼ਾਨ ਆਨ ਕਿਉਂਕਿ ਸਿਆਲਕੋਟ ਜਿਹੜਾ ਨਾ ਬਾਰਡਰ ਦੇ ਏਰੀਏ ਦਾ ਘੋੜਾ ਹੈਗਾ ਅਤੇ ਇਹ ਮੌਲਵੀ ਸਾਹਿਬ ਇਹਦੇ ਜਿਹੜੇ ਕਹਿੰਦੇ ਨਾ ਓਨਰ ਨੇ ਮਾਲਕ ਤਾਂ ਅੱਲਾਹ ਪਾਕ ਦੀ ਜ਼ਾਤ ਹੈ ਅੱਲਾਹ ਪਾਕ ਨੇ ਦੌੜਾਂ ਦੌੜਾਂ ਵੀ ਭਜਾਈਆਂ ਜੇ ਸਿਆਲਕੋਟ ਦੌੜਾਂ ਭਜਾਈਆਂ ਨੇ ਅੱਛਾ ਲਓ ਜੀ ਇਹਦਾ ਨਾਂ ਜੇ ਪਰਿੰਦਾ ਘੋੜੇ ਦਾ ਅਤੇ ਕਹਿੰਦੇ ਨੇ ਦੌੜਾਂ ਦੌੜਾਂ ਵੀ ਜਿੱਤਿਆ ਲਓ ਇੱਕ ਵਾਰੀ ਫਿਰ ਤੁਹਾਨੂੰ ਇਹਦੀ ਤਰ੍ਹਾਂ ਝਲਕ ਵਿਖਾਉਂਦੇ ਹਾਂ ਇਹਦਾ ਇਹਨੂੰ ਭਰਾਏ ਵੀਰ ਜੀ ਲਓ ਜੀ ਮਾਸ਼ਾਅੱਲਾ ਤੁਸੀਂ ਇਹਦੀ ਝਲਕ ਵੇਖ ਸਕਦੇ ਜੇ ਔਰ ਸੋਹਣਾ ਘੋੜਾ ਹੈਗਾ ਜਿਸਮ ਦਾ ਸੋਹਣਾ ਲੈ ਐਵੇਂ ਥੋੜ੍ਹਾ ਜਿਹਾ ਪਰਾਂ ਕਰ ਲਈ ਯਾਰ ਲਓ ਜੀ ਮਾਸ਼ਾਅੱਲਾ ਲਓ ਜਨਾਬ ਨੰਬਰ ਦੱਸੋ ਮੌਲਵੀ ਸਾਹਿਬ ਆਪਦਾ 0301 2042 400 404 ਲਓ ਜੀ ਨੰਬਰ ਤੁਸੀਂ ਸੇਵ ਕਰ ਲਓ ਔਰ ਮਾਸ਼ਾਅੱਲਾ ਵੀਡੀਓ ਅੱਛੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਰੋ ਦੋਸਤਾਂ ਨਾਲ ਸ਼ੇਅਰ ਕਰੋ ਵਟਸਐਪ ਦੇ ਉੱਤੇ ਜਿੱਥੇ ਵੀ ਤੁਹਾਡਾ ਦਿਲ ਕਰੇ ਅੰਨੇ ਵਾਹ ਵੇਖੋ ਅਤੇ ਆਪਣੇ ਦੋਸਤਾਂ ਨੂੰ ਸ਼ੌਕੀਨ ਬੰਦਿਆਂ ਨੂੰ ਔਰ ਲਾਹੌਰ ਦੇ ਸ਼ੌਕੀਨ ਬੰਦੇ ਜਿੰਨੇ ਨੇ ਗੁਜਰਾਤ ਮੰਡੀ ਦਾ ਵਿਜ਼ਿਟ ਕਰੋ ਸਾਨੂੰ ਲੋਕ ਕਹਿੰਦੇ ਨੇ ਜੀ ਘੋੜੇ ਨਹੀਂ ਲੱਭਦੇ ਇਹ ਘੋੜੇ ਅੱਜ ਤੁਹਾਨੂੰ ਇਨਸ਼ਾਅੱਲਾ ਤਾਲਾ ਗੁਜਰਾਤ ਮੰਡੀ ਦਾ ਵਿਜ਼ਿਟ ਕਰਵਾਇਆ ਅਤੇ ਇਨਸ਼ਾਅੱਲਾ ਇਸ ਨਾਲੋਂ ਆਲਾ ਘੋੜੇ ਕਿੱਥੇ ਨੇ ਤੁਸੀਂ ਬੜੀਆਂ ਬੜੀਆਂ ਵੀਡੀਓ ਵੇਖੀਆਂ ਨੇ ਤਰ੍ਹਾਂ ਇਹ ਵੀ ਵੀਡੀਓ ਤੁਸੀਂ ਵੇਖੋ ਕਿ ਮਾਸ਼ਾਅੱਲਾ ਪਾਕਿਸਤਾਨ ਦੇ ਵਿੱਚ ਘੋੜਿਆਂ ਦਾ ਕਿੰਨਾ ਹੁਸਨ ਕਿੰਨਾ ਔਰ ਕਿੱਡੇ ਕਿੱਡੇ ਪਿਆਰਾ ਆਲਾ ਕਿਸਮ ਦੇ ਆਲਾ ਨਸਲ ਦੇ ਘੋੜੇ ਇੱਥੇ ਨੇ ਅਤੇ ਇਜਾਜ਼ਤ ਚਾਹਨਾ ਜੀ ਫਿਰ ਇਨਸ਼ਾਅੱਲਾ ਦੂਸਰੀ ਵੀਡੀਓ ਦੇ ਵਿੱਚ ਮੁਲਾਕਾਤ ਹੁੰਦੀ ਹੈ ਅੱਲਾ ਹਾਫਿਜ਼।